ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਅਤੇ ਜੰਮ ਕੇ ਅਕਾਲੀ ਦਲ ਦੇ ਉੱਤੇ ਹਮਲੇ ਕੀਤੇ। ਸੁਖਦੇਵ ਸਿੰਘ ਢੀਂਡਸਾ ਨੇ ਇਸ ਮੌਕੇ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਹਰ ਤਰ੍ਹਾਂ ਦੇ ਨਾਲ ਖਰਾਬ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੀ ਹਾਂ, ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਗਈ ਸੀ ਉਸ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੁਣੇ ਗਏ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਜੰਮ ਕੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ। ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਕਈ ਹੋਰ ਵੀ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਉਹਨਾਂ ਨੇ ਜਵਾਬ ਦਿੱਤਾ। ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬੜੀ ਦੇਰ ਤੋਂ ਬੈਠੇ ਹੋ, ਸਾਨੂੰ ਬੰਦੇ ਮਿਲਣ ਵਾਲੇ ਨੇ, ਮੈਨੂੰ ਰੇਟ ਕਰਤਾ ਕਿ ਤੁਸੀਂ ਬੜੀ ਦੇਰ ਤੋਂ ਆਏ ਹੋ ਅਤੇ ਆ ਕੇ ਸਾਰਾ ਤੁਸੀਂ ਦੇਖ ਲਿਆ ਬਹੁਤਾ ਤਾਂ। ਬਾਕੀ ਰਿਹਾ ਕਿ ਮੇਰਾ ਮਕਸਦ ਅੱਜ ਬਹੁਤਾ ਤੋਂ ਮੈਂ ਬੋਲਦਿਆਂ ਦੱਸ ਦਿੱਤਾ ਕਿ ਸਾਡਾ ਮਕਸਦ ਹੈ ਜਿਹੜੇ ਅਸੀਂ ਇਕੱਠੇ ਹੋ ਰਹੇ ਹਾਂ ਕਿ ਪਹਿਲਾਂ ਤਾਂ 99 ਈਅਰ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਾਂਝੇ ਤੌਰ 'ਤੇ ਮਨਾਇਆ ਸੀ। ਦੂਜਾ ਉਸੇ ਦਿਨ ਇਹ ਫੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਨੀਹਾਂ 'ਤੇ ਲੈ ਕੇ ਆਉਂਦਾ ਜਾਏ ਜਿਹੜੇ ਵਾਸਤੇ ਬਣਿਆ ਸੀਗਾ। ਔਰ ਅੱਜ ਇੱਕ ਸੁਕੜ ਕੇ ਇੱਕ ਬੰਦੇ ਦੇ ਕੰਮ ਹੱਥ 'ਚ ਆ ਗਿਆ ਅਤੇ ਉਹ ਅਪੁਆਇੰਟਮੈਂਟਾਂ ਕਰੀ ਜਾਣਾ, ਹੋਰ ਜਾਣਾ, ਕੋਈ ਇਲੈਕਸ਼ਨ ਨਹੀਂ, ਕੁਛ ਨਹੀਂ, ਇਲੈਕਸ਼ਨ ਦਿਖਾਵੇ ਦੀ ਹੈ ਜਦੋਂ ਕਰਦੇ ਹੋ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਿਆ ਕਰਨ ਲਈ, ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਟੇਜ 'ਤੇ ਲਿਆਉਣ ਲਈ ਸਾਡਾ ਉਪਰਾਲਾ ਹੋਏਗਾ। ਇਸ ਕਰਕੇ ਅੱਜ ਦੂਜਾ ਇਹ ਹੈ ਕਿ ਉੱਥੇ ਮੈਂ ਜਿਵੇਂ ਦੱਸਿਆ ਸੀ ਕਿ ਇੱਥੇ ਕੋਈ ਮੀਟਿੰਗ ਤਾਂ ਮੈਂ ਉਸ ਐਸ ਸੱਚ ਮੀਟਿੰਗ ਕੋਈ ਰੱਖੀ ਨਹੀਂ ਸੀ। ਇਹਨਾਂ ਦਾ ਟੈਲੀਫੋਨ ਗਿਆ ਕਿ ਤੁਸੀਂ ਆਉਣਾ ਕਿੱਦਣ ਆਉਣਾ, ਮੈਂ ਕਿਹਾ ਮੈਂ ਬੁੱਧਵਾਰ ਆਉਣਾ ਯਾਰ, ਅਖਬਾਰ 'ਚ ਵੀ ਦੇ ਦੀ। ਇਹਨੇ ਅਖਬਾਰ 'ਚ ਦੇ ਤਾ ਵੀ ਆ ਰਹੇ ਬੁੱਧਵਾਰ ਨੂੰ, ਜੋ ਮੀਟਿੰਗ ਦੀ ਗੱਲ ਚੱਲੀ। ਮੈਂ ਇਮਾਨਦਾਰੀ ਨਾਲ ਕੋਈ ਬੰਦਾ ਕਹਿੰਦੇ ਵੀ ਮੈਂ ਕੋਈ ਟੈਲੀਫੋਨ ਕਿਸੇ ਨੂੰ ਕੀਤਾ ਹੋਵੇ, ਵਰਕਰਾਂ ਨੇ ਆਪ ਟੈਲੀਫੋਨ ਕਰਕੇ ਆਪੋ ਆਪਣੇ ਅਤੇ ਅੱਜ ਐਡੀ ਵੱਡੀ ਤਾਦਾਦ ਵਿੱਚ ਆਏ ਨੇ। ਮੈਂ ਸਾਰੇ ਵਰਕਰਾਂ ਦਾ, ਸਾਰੇ ਮੁਖੀਆਂ ਦਾ, ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬਿਨਾਂ ਮੇਰੇ ਉਸ ਤੋਂ ਐਡੀ ਵੱਡੀ ਤਾਦਾਦ ਵਿੱਚ ਆਏ, ਹਾਲਾਂਕਿ ਸਾਡਾ ਸਿਰਫ ਮਿਲਣ ਲਈ ਮੇਰਾ ਇੱਥੇ ਮੀਟਿੰਗ ਅਸੀਂ ਰੱਖਾਂਗੇ। ਝੁੰਦਾ ਸਾਹਿਬ ਦਾ ਜਿਹੜਾ ਬਿਆਨ ਆਇਆ ਕੱਲ ਵੀ, ਜਿਹੜੇ ਉੱਥੇ ਜਾਣਗੇ ਉਹਨਾਂ ਨੂੰ ਪਾਰਟੀ ਚੋਂ ਨਿਸ਼ਕਾਸ਼ਿਤ ਕੀਤਾ? ਉਹ ਪਹਿਲਾਂ ਵੀ ਕੱਢਦੇ ਰਹੇ ਨੇ, ਕੱਢ ਲੈਣ ਜਿਹਨੂੰ ਕੱਢਣਾ। ਪਹਿਲਾਂ ਤਾਂ ਝੁੰਦਾ ਸਾਹਿਬ ਦੱਸਣ ਵੀ ਉਹ ਚੁਣੇ ਹੋਏ ਨੇ, ਜਿਸ ਲਈ ਸਾਡੀ ਲੜਾਈ ਹੈ ਕਿ ਚੁਣਿਆ ਜਾਵੇ ਹਰ, ਚਾਹੇ ਸਰਕਲ ਦਾ ਪ੍ਰਧਾਨ ਹੋਵੇ, ਚਾਹੇ ਜ਼ਿਲ੍ਹੇ ਦਾ ਪ੍ਰਧਾਨ ਹੋਵੇ, ਚਾਹੇ ਹੁੰਦੇ ਵੱਡਾ ਪ੍ਰਧਾਨ ਹੋਵੇ, ਉਹ ਦੱਸੋ ਵੀ ਇਹਨਾਂ 'ਚ ਕੋਈ ਚੁਣਿਆ ਹੋਇਆ ਹੈ। ਵਰਕਰ ਬਹੁਤ ਜ਼ਿਆਦਾ ਸੀਗੇ, ਕੋਈ ਡਾਊਟ ਨਹੀਂ, ਬਟ ਕਿਸੇ ਵੀ ਹਲਕਾ ਇੰਚਾਰਜ ਨੇ ਜਾਂ ਜ਼ਿਲ੍ਹਾ ਪ੍ਰਧਾਨ ਜਿਹੜੇ ਆਪਣੇ ਹੈਗੇ ਸੀਗੇ, ਉਹਨਾਂ ਨੇ ਇਹਦੇ 'ਚ ਤੁਹਾਡੀ ਮਿਲਣੀ 'ਚ ਸਿਰਫ ਨਹੀਂ ਕੀਤੀ, ਇਹਨੂੰ ਕਿਵੇਂ ਦੇਖੋਗੇ? ਕਿਵੇਂ ਬਾਬੂ ਪ੍ਰਕਾਸ਼, ਜਿਵੇਂ ਬਾਬੂ ਪ੍ਰਕਾਸ਼ ਜਿਹੜੇ ਤੁਹਾਡੇ ਸੱਜੇ ਖੱਬੇ ਰਹਿਣ ਵਾਲੇ ਜਿੰਨੇ ਵੀ ਹਲਕੇ, ਮੈਂ ਕਿਸੇ ਨੂੰ ਨਹੀਂ ਕਿਹਾ, ਕੋਈ ਆਵੇ ਨਾ ਆਵੇ, ਮੈਂ ਨਾ ਨਹੀਂ, ਮੈਂ ਮੈਨੂੰ ਤਾਂ ਚਾਹੀਦਾ ਲੋਕਾਂ ਦੀ ਤਾਕਤ। ਠੀਕ ਹੈ ਜੀ। ਮੈਨੂੰ ਇਹ ਲੋਕ ਨੇ ਜਿਹੜੇ, ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਈ ਲੋਕ ਨੇ ਜਿਹੜੇ, ਕਈ ਟਿਕਟਾਂ ਵਾਲੇ, ਕਈ ਅਹੁਦਿਆਂ ਨੂੰ ਮੰਗਣ ਵਾਲੇ, ਕੋਈ ਚਾਪਲੂਸੀ ਉਸ ਤਰ੍ਹਾਂ ਦੀ ਕਰਨ ਵਾਲੇ ਨੇ, ਅਸੀਂ ਕਹਿ ਰਹਿਣ ਹੋ, ਸਾਨੂੰ ਲੋਕਾਂ ਦੀ ਤਾਕਤ ਦੀ ਲੋੜ ਹੈ, ਨਾ ਕਿ ਕਿੰਨੇ ਸਰਪੰਚ ਆਏ, ਕਿੰਨੀ ਤਾਦਾਦ ਵਿੱਚ ਸਰਪੰਚ ਆਏ, ਕਿੰਨੇ ਆਗੂ ਆਏ। ਅਤੇ ਇਹਦਾ ਮਤਲਬ ਇਹ ਹੈ ਕਿ ਹਲਕਾ ਇੰਚਾਰਜ ਹੀ ਸਾਰਾ ਕੁਛ ਹੋ ਗਿਆ, ਇਹੀ ਤਾਂ ਸਾਡੀ ਲੜਾਈ ਹੈ। ਪਰਮਿੰਦਰ ਮੇਰੇ ਨਾਲ ਜਾਊਗਾ, ਕਿੱਦਾਂ ਜਾਊਗਾ ਪਰਮਿੰਦਰ? ਅਕਾਲੀ ਦਲ ਪਟਿਆਲੇ ਮੀਟਿੰਗ ਕਰਨ ਜਾ ਰਿਹਾ, ਪਰਮਿੰਦਰ ਜੀ ਉਹਦੇ ਇੰਚਾਰਜ ਨੇ ਉਸ ਰੈਲੀ ਦੇ, ਕੀ ਉੱਥੇ ਸ਼ਾਮਲ ਹੋਏ? ਹੁਣ ਮੈਂ ਕਹੀ ਕੱਲ ਨੂੰ ਪਤਾ ਲੱਗ ਜੂ। ਪਰਸਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਰਮਿੰਦਰ ਢੀਂਡਸਾ ਨਾਲ ਗੱਲਬਾਤ ਹੋ ਗਈ ਹੈ, ਉਹ ਅਕਾਲੀ ਦਲ ਦੀ ਜਿਹੜੀ ਪਟਿਆਲਾ ਦੇ ਵਿੱਚ ਜਿਹੜੀ ਰੈਲੀ ਹੋਣ ਜਾ ਰਹੀ ਹੈ ਉਹਦੇ ਵਿੱਚ ਆਉਣਗੇ ਵੀ, ਤੇ ਹੋਰ ਅਕਾਲੀ ਦਲ ਦੇ ਲੀਡਰ। ਚਲੋ ਪਰ ਇਹ ਤਾਂ ਪਰਸੋਂ ਹੀ ਪਤਾ ਲੱਗ ਜੂ। ਅਕਾਲੀ ਦਲ ਨੂੰ ਚਾਹੁੰਦੇ ਨੇ, ਪਰ ਉਹ ਜਿਹੜਾ ਅਕਾਲੀ ਦਲ ਦਾ ਨੁਮਾਇੰਦਗੀ ਕਰਨ ਵਾਲੇ ਨੂੰ, ਇੱਕ ਅੱਛੇ ਵਿਅਕਤੀ ਨੂੰ ਚਾਹੁੰਦੇ ਨੇ, ਤੇ ਵੀ ਸੁਖਬੀਰ ਬਾਦਲ ਨੂੰ ਜਿਹੜਾ ਅਸਤੀਫਾ ਦੇ ਦੇਣਾ ਚਾਹੀਦਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਤਾਂ ਕਿਹਾ ਸੀ ਪਹਿਲਾਂ, ਮੈਂ ਤਾਂ ਕੌਣ ਕਮੇਟੀ 'ਚ ਕਹਿ ਕੇ ਜਦੋਂ ਇਲੈਕਸ਼ਨ ਆ ਰਹੇ ਆ, ਕੀ ਹੋਣਾ ਚਾਹੀਦਾ ਜੀ ਤੁਸੀਂ ਇਹ ਦੱਸੋ? ਅਸੀਂ ਕਹਿ ਵੀ ਡੈਮੋਕ੍ਰੇਟਿਕ ਢੰਗ ਨਾਲ ਚੁਣਿਆ ਜਾਏ, ਹੁਣ ਕੋਈ ਪ੍ਰਧਾਨਗੀ ਚੁਣੀ ਆ, ਇੱਥੇ ਡੈਲੀਗੇਟ ਜਿਹੜੇ ਬਣੇ ਨੇ ਬਹੁਤੇ ਜ਼ਿਲ੍ਹਿਆਂ 'ਚੋਂ, ਤਾਂ ਰੈਜ਼ੋਲਿਊਸ਼ਨ ਪਵਾ ਲਏ ਕਿ ਹਾਂਜੀ ਅਸੀਂ ਪ੍ਰਧਾਨ ਸਾਹਿਬ ਨੂੰ ਅਧਿਕਾਰ ਦਿੰਦੇ ਹਾਂ ਕਿ ਉਹ ਚੁਣ ਲੈਣ, ਡੈਲੀਗੇਟ ਵੀ ਕਦੇ ਚੁਣੇ ਜਾਂਦੇ? ਕਿਹੜੇ ਆਪਣੇ 1920 ਵਾਲਾ ਜਿਹੜਾ ਅਕਾਲੀ ਦਲ ਹੈ ਉਹਨੂੰ ਤੁਸੀਂ ਦੁਬਾਰਾ ਮਤਲਬ ਲੀਹਾਂ 'ਤੇ ਲਿਆਓਗੇ? ਬਿਲਕੁਲ ਉਸੇ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਅਸੀਂ ਚਾਹਾਂਗੇ। ਢੀਂਡਸਾ ਸਾਹਿਬ, ਸੁਖਬੀਰ ਸਿੰਘ ਬਾਦਲ ਤੁਹਾਡੇ ਬਿਆਨ ਤੋਂ ਬਾਅਦ ਦਾਅਵਾ ਕਰ ਰਹੇ ਨੇ ਕਿ ਜਿਹੜੀ ਮੇਰੀ ਚੋਣ ਹੋਈ ਉਹ ਡੈਲੀਗੇਟਰ ਆਈ ਹੋਈ ਹੈ, ਬਿਲਕੁਲ ਸਹੀ ਹੋਈ ਹੈ? ਮੇਰੀ ਗੱਲ ਸੁਣੋ, ਉਹਨੇ ਤਾਂ ਕਹਿਣਾ ਹੀ ਹੈ। ਮੈਂ ਕਹਿੰਦਾ ਵੀ ਤੁਸੀਂ ਦੱਸੋ ਸੀ ਡੈਲੀਗੇਟ, ਪੁੱਛੋ ਤਾਂ ਸੀ ਡੈਲੀਗੇਟ ਕਿਵੇਂ ਚੁਣੇ ਗਏ ਨੇ? ਉਹ ਤਾਂ ਵੈਸੇ ਆ ਕੇ ਮੈਨੂੰ ਮਿਲਣ ਆਏ ਸੀਗੇ,
ਤੇ ਉਹ ਕੁਦਰਤੀ ਹੈ ਮੈਂ ਜਦੋਂ ਆਉਣਾ ਸੀ ਇੱਥੇ ਇੰਨੀ ਦੇਰ ਤੋਂ ਬਾਅਦ ਮੇਰੇ ਭਾਜਪਾ ਵਾਲਿਆਂ ਨਾਲ ਇੱਥੇ ਜ਼ਿਲ੍ਹੇ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਸਾਰਿਆਂ ਨਾਲ ਅੱਛੇ ਸੰਬੰਧ ਆਉਣ ਵਾਲੇ ਸਮੇਂ 'ਚ ਰਸਤਾ ਖੁੱਲ੍ਹ ਸਕਦਾ ਬੀਜੇਪੀ ਲਈ ਹੈ ਜੀ ਦੁਬਾਰਾ ਕੋਈ ਕੀ ਇਹ ਤਾਂ ਵਕਤ ਦੱਸੂਗਾ ਯਾਰ ਮੈਂ ਕਿਵੇਂ ਕਹਿ ਸਕਦਾ ਮੇਰੀ ਗੱਲ ਨਹੀਂ ਹੋਈ ਕਿਸੇ ਨਾਲ ਪਾਰਟੀ 'ਚ ਰਹਿ ਕੇ ਲੜਨੀ ਹੈ ਜੇ ਮੈਨੂੰ ਕੱਢਣਗੇ ਉਹਨਾਂ ਦੀ ਮਰਜ਼ੀ ਹੈ ਫਿਰ ਦੇਖੋ ਅਕਾਲੀ ਦਲ ਦੇ ਵਰਕਰਾਂ ਦਾ ਵੀ ਕਹਿਣਾ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਕਾਫੀ ਥੱਲੇ ਚਲਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੂੰ ਹੁਲਾਰਾ ਮਿਲੇਗਾ ਅਤੇ ਢੀਂਡਸਾ ਦੇ ਉਹ ਨਾਲ ਨੇ। ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਅੱਜ ਜੋ ਵੀ ਆਪਣਾ ਬੁਲਾਏ ਆ ਮੀਟਿੰਗ, ਸਾਡਾ ਜੋ ਸੰਗਰੂਰ ਅਤੇ ਬਰਨਾਲਾ ਡਿਸਟ੍ਰਿਕਟ ਹੈ ਪੂਰੀ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਰਹਿਨੁਮਾਈ ਦੇ ਵਿੱਚ ਅੱਜ ਤੱਕ ਉਹਨਾਂ ਦੇ ਵੱਲੋਂ ਹੀ ਲੰਮੇ ਸਮੇਂ ਤੋਂ ਅਕਾਲੀ ਦਲ ਦੀਆਂ ਸਫਾਂ ਦੇ ਵਿੱਚ ਕੰਮ ਕੀਤਾ ਗਿਆ ਅਤੇ ਸਾਰਾ ਹੀ ਜ਼ਿਲ੍ਹਾ ਤਕਰੀਬਨ ਉਹਨਾਂ ਦੇ ਨਾਲ ਹੈ। ਜੋ ਮੇਨ ਸਾਡੇ ਅਹੁਦੇਦਾਰ ਸਾਹਿਬਾਨ ਸਾਰੇ ਹੀ ਅਕਾਲੀ ਦਲ ਦੇ ਜੋ ਵੀ ਉਹ ਅੱਜ ਦੀ ਮੀਟਿੰਗ 'ਚ ਹਾਜ਼ਰ ਹੋਏ ਨੇ। ਮੋਤਬਰ ਬੰਦਿਆਂ ਦੇ ਇਕੱਠ ਸੀਗਾ, ਇਹ ਕੋਈ ਆਮ ਬੰਦੇ ਵਰਕਰ ਨਹੀਂ ਬੁਲਾਏ ਗਏ, ਇਹਦੇ 'ਚ ਸਾਰੇ ਹੀ ਜ਼ਿੰਮੇਵਾਰ ਅਹੁਦੇਦਾਰ ਵਰਕਰ ਹੀ ਸੀ। ਲੱਗਦਾ ਤੁਹਾਨੂੰ ਵੀ ਜਿਹੜਾ ਅਕਾਲੀ ਦਲ ਦੀ ਸਾਖ ਜਿਹੜੀ ਡਾਊਨ ਆਈ ਹੈ ਉਹ ਸੁਖਬੀਰ ਬਾਦਲ ਦੀਆਂ ਨੀਤੀਆਂ ਜਾਂ ਉਹਨਾਂ ਨੇ ਡਿਟੈਕਟਰਸ਼ਿਪ ਕਰਨੀ ਸੀ ਜਿਹੜੀ ਡਾਊਨ ਆਈ ਹੈ? ਬਿਲਕੁਲ, ਆਪਾਂ ਤੁਸੀਂ ਸਾਰੇ ਦੇਖਦੇ ਹਾਂ ਵੀ ਅਕਾਲੀ ਦਲ ਦਾ ਕਦੇ ਵੀ ਇੰਨਾ ਮਾੜਾ ਹਸ਼ਰ ਨਹੀਂ ਹੋਇਆ ਸੀਗਾ ਕਿ ਅਕਾਲੀ ਦਲ ਕਦੇ ਵਿਰੋਧੀ ਧਿਰ ਦੇ ਵਿੱਚ ਵੀ ਨਾ ਆਵੇ। ਅਕਾਲੀ ਦਲ ਹਮੇਸ਼ਾ ਪੰਜਾਬ ਦੀ ਰਾਜਨੀਤੀ ਮਾਂ ਪਾਰਟੀ ਰਹੀ ਆ, ਵੀ ਜਿਹੜੇ ਮਸਲੇ ਚੱਕਣੇ ਹੋਰ ਹੋਣਾ, ਪਰ ਅੱਜ ਜੋ ਨਿਗਾਰ ਇੰਨਾ ਜ਼ਿਆਦਾ ਆ ਚੁੱਕਿਆ ਸੀਗਾ, ਲੋਕ ਘਰਾਂ ਦੇ ਵਿੱਚ ਅਕਾਲੀ ਦਲ ਦੇ ਬੈਠ ਗਏ ਜਾ ਕੇ, ਉਹ ਵਰਕ ਨਹੀਂ ਕਰਦੇ ਸੀ। ਅੱਜ ਜਦੋਂ ਇਹ ਇਕੱਠ ਹੋਇਆ ਤਾਂ ਸਾਨੂੰ ਆਪ ਮੁਹਾਰੇ ਲੋਕਾਂ ਦੇ ਸੁਨੇਹੇ ਆਏ, ਜਿਹਨਾਂ ਨੂੰ ਅਸੀਂ ਸਮਝਦੇ ਸੀ ਵੀ ਤਾਂ ਚਲੋ ਕਾਂਗਰਸ ਚਲੇ ਗਏ ਜਾਂ ਇਹ ਪੰਥਕ ਹੋਰ ਪਾਰਟੀਆਂ 'ਚ ਚਲੇ ਗਏ, ਪਰ ਉਹ ਅੱਜ ਅੱਕੇ ਹੋਏ ਸਿਰਫ ਬਾਦਲ ਪਰਿਵਾਰ ਤੋਂ ਅੱਕੇ ਹੋਏ ਉਹਨਾਂ ਨੇ ਅੱਜ ਦੁਬਾਰਾ ਆ ਕੇ ਢੀਂਡਸਾ ਸਾਹਿਬ ਦਾ ਸਪੋਰਟ 'ਤੇ ਖੜੇ ਨੇ ਉਹ ਆ ਕੇ। ਕੀ ਲੱਗਦਾ ਤੁਹਾਨੂੰ ਵੀ ਜੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੀ ਅਗਵਾਈ ਕਰਦੇ ਨੇ ਵੀ ਜਿਹੜਾ ਪਾਰਟੀ ਦਾ ਮਿਆਰ ਹੈ ਫਿਰ ਉੱਥੇ ਹੀ ਆ ਜਾਵੇ? ਹਾਂ ਬਿਲਕੁਲ, ਜੇ ਸਾਰੇ ਮਿਲ ਬਹਿ ਕੇ ਢੀਂਡਸਾ ਸਾਹਿਬ ਦੇ ਰਹਿਨੁਮਾਈ ਦੇ ਵਿੱਚ ਚੱਲਣਗੇ ਤਾਂ ਇਹਨਾਂ ਦਾ ਬਹੁਤ ਲੰਮਾ ਤਜਰਬਾ, ਇਹ ਮੈਨੂੰ ਉਮੀਦ ਹੈ ਵੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮਜ਼ਬੂਤ ਕਰਨਗੇ ਅਤੇ ਪਾਰਟੀ ਦੀ ਮੈਨੂੰ ਲੱਗਦਾ ਵੀ ਆਉਣ ਵਾਲੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਦੇਖੋ, ਇਹ ਪਰਿਵਾਰ ਨੂੰ ਤਾਂ ਹੈ ਫੈਸਲਾ ਹੈ ਜਾਂ ਪਰਮਿੰਦਰ ਜੀ ਦਾ ਹੈ, ਮੈਂ ਇਹਦੇ ਬਾਰੇ ਜ਼ਿਆਦਾ ਤਾਂ ਨਹੀਂ ਕਹਿ ਸਕਦਾ, ਬਾਕੀ ਤਾਂ ਉਹੀ ਇਹਦੇ ਬਾਰੇ ਤਾਂ ਉਹੀ ਦੱਸ ਸਕਦੇ ਨੇ। ਦੇਖੋ ਜੀ, ਪਹਿਲਾਂ ਸਾਡੇ ਬਹੁਤ ਸਤਿਕਾਰ ਜੋ ਸਰਦਾਰ ਸਿੰਘ ਦੇ ਢੀਂਡਸਾ ਜੀ ਦੇ ਗਵਾਹੀ ਦੇ ਹੇਠ ਜੋ ਅਸੀਂ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਸੀਗੇ, ਜੋ ਕਿ ਸਾਨੂੰ ਮਾਣ ਸਤਿਕਾਰ ਦਿੱਤਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਦਿੱਤਾ, ਜਿੰਨੇ ਸਾਡੇ ਵਰਕਰ ਨੇ ਜਾਂ ਸਰਪੰਚ ਦੇਖ ਲਓ, ਜਿੰਨੇ ਵੀ ਅਹੁਦੇਦਾਰ ਨੇ, ਜਿਨ੍ਹਾਂ ਨੂੰ ਮਾਣ ਸਤਿਕਾਰ ਦਿੱਤਾ ਤਾਂ ਇਹਨਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਦਿੱਤਾ, ਕਿਉਂਕਿ ਅਸੀਂ ਉਹਨਾਂ ਦੀ ਗਵਾਹੀ ਦੇ ਹੇਠ ਅਸੀਂ ਕੰਮ ਕਰਾਂਗੇ। ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਾਂਗੇ, ਕਿਉਂ ਸ਼੍ਰੋਮਣੀ ਅਕਾਲੀ ਦਲ ਹੀ ਹੈ, ਅਕਾਲੀ ਦਲ ਹੀ ਰਹੇਗਾ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਕਦੇ ਇਹ ਗੱਲ ਨਹੀਂ ਸੀ ਕਹੀ ਹੈਗੀ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ, ਕਿਉਂਕਿ ਉਹ ਹਮੇਸ਼ਾ ਹੀ ਕਹਿੰਦੇ ਨੇ ਵੀ ਅਸੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੰਮ ਨੇ ਉਹ ਕੰਮ ਅਸੀਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ। ਬਿਲਕੁਲ, ਜੋ ਗਰਾਵ ਆਇਆ ਲੀਡਰਸ਼ਿਪ ਦੀ ਨੀਤੀਆਂ ਦੇ ਕਾਰਨ ਹੀ ਆਇਆ, ਕਾਫੀ ਹੱਦ ਤੱਕ ਲੀਡਰਸ਼ਿਪ ਹੈ ਜਿਹੜੀ ਉਹ ਪੂਰੇ ਜਿਹੜੇ ਮੌਕੇ ਸੀ ਉਹਨਾਂ 'ਤੇ ਸਹੀ ਨਹੀਂ ਉਤਰੀ, ਜਦੋਂ ਕਿ ਮੌਕੇ ਮੌਕੇ 'ਤੇ ਸਹੀ ਉਤਰਨਾ ਪਾਰਟੀ ਵਾਸਤੇ ਜ਼ਰੂਰੀ ਹੁੰਦਾ, ਉਸ ਨੂੰ ਬਰਕਰਾਰ ਰੱਖਣ ਦੇ ਲਈ, ਉਹਦੀ ਚੜ੍ਹਦੀ ਕਲਾ ਵਿੱਚ ਰੱਖਣ ਦੇ ਲਈ। ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।